ਇੰਦੂ ਸੋਚ ਰਹੀ ਸੀ ਕਹਾਣੀ ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਦੀ ਰਚਨਾ ਹੈ ਕਹਾਣੀਕਾਰ ਨੇ ਇਸ ਕਹਾਣੀ ਰਾਹੀਂ ਔਰਤ ਦੀ ਦੱਬੀ ਜਾ ਰਹੀ ਮਾਨਸਿਕ ਸਥਿਤੀ ਨੂੰ ਪੇਸ਼ ਕੀਤਾ ਹੈ ਇਸ ਸਮਾਜ ਵਿੱਚ ਔਰਤ ਦੀ ਆਪਣੀ ਮਰਜ਼ੀ ਨੂੰ ਕੋਈ ਥਾਂ ਨਹੀਂ ਹੈ ਇਹ ਸਮਾਜ ਮਰਦ ਪ੍ਰਧਾਨ ਸਮਾਜ ਹੈ ਲੜਕੀ ਦੇ ਵਿਆਹ ਵਿੱਚ ਉਸ ਦੀ ਮਰਜ਼ੀ ਨਹੀਂ ਪੁੱਛੀ ਜਾਂਦੀ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਭਾਵੇਂ ਉਹ ਵਿਅਕਤੀ ਆਪਣੀ ਪਤਨੀ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕਦਾ ਹੋਵੇ ਭਾਵੇਂ ਨਾ ਇਸ ਬਾਰੇ ਹੀ ਕਹਾਣੀਕਾਰ ਨੇ ਇਸ ਕਹਾਣੀ ਵਿੱਚ ਦੱਸਿਆ ਹੈ ਕਿ ਇਸਤਰੀ ਨੂੰ ਜੀਵਨ ਵਿੱਚ ਥਾਂ-ਥਾਂ ਤੇ ਛਲ, ਕਪਟ ਤੇ ਧੋਖੇਬਾਜ਼ੀ ਦੇਖਣ ਨੂੰ ਮਿਲਦੀ ਹੈ ਇਸ ਕਹਾਣੀ ਦੀ ਮੁੱਖ ਨਾਇਕਾ இந்து ਹੈ ਜਿਸ ਦੇ ਹੱਥ ਵਿੱਚ ਨਾਟਕ ਦੀ ਸਕ੍ਰਿਪਟ ਫੜੀ ਹੋਈ ਹੈ ਜੋ ਰੇਡੀਓ ਸਟੇਸ਼ਨ ਦੀਆਂ ਪੌੜੀਆਂ ਉੱਤਰਦੀ ਹੋਈ ਸਾਰੀਆਂ ਘਟਨਾਵਾਂ ਬਾਰੇ ਸੋਚ ਰਹੀ ਹੈ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਹਰ ਪੌੜੀ ਤੈਅ ਕਰਦੀ ਹੋਈ ਕਿਸੇ ਹਨੇਰੇ ਖੂਹ ਵਿੱਚ ਉਤਰਦੀ ਜਾ ਰਹੀ ਹੈ ਉਸ ਨੂੰ ਆਪਣੇ ਬੀਤੇ ਸਮੇਂ ਦੀ ਜ਼ਿੰਦਗੀ ਦੀ ਯਾਦ ਆ ਰਹੀ ਸੀ ਜੋ ਬਹੁਤ ਹੀ ਪਰੇਸ਼ਾਨੀ ਵਾਲੇ ਮਾਹੌਲ ਵਿੱਚ ਬੀਤੀ ਸੀ இந்து ਸੋਚ ਰਹੀ ਸੀ ਕਿ ਜਦੋਂ ਉਹ ਪਹਿਲੀ ਵਾਰੀ ਇਹ ਪੌੜੀਆਂ ਉਤਰੀ ਸੀ ਤਾਂ ਉਸ ਵਿੱਚ ਬਹੁਤ ਤੇਜ਼ੀ ਸੀ ਉਸ ਦੀ ਆਵਾਜ਼ ਦੀ ਸਿਫਤ ਸਾਰੇ ਕਰਦੇ ਸਨ ਰੇਡੀਓ ਨਾਟਕਾਂ ਲਈ ਉਸ ਦੀ ਆਵਾਜ਼ ਬਹੁਤ ਵਧੀਆ ਮੰਨੀ ਜਾਂਦੀ ਸੀ ਇਸ ਕਾਰਨ ਉਹ ਰੇਡੀਓ ਕਲਾਕਾਰ ਬਣ ਗਈ ਸਭ ਤੋਂ ਪਹਿਲਾਂ ਉਸ ਨੂੰ ਇੱਕ ਛੋਟੀ ਲੜਕੀ ਦਾ ਰੋਲ ਮਿਲਿਆ ਉਸ ਨਾਟਕ ਦੀ ਝਾਕੀ ਵਿੱਚ ਉਹ ਖਿੜਕੀ ਵਿੱਚ ਖਲੋ ਕੇ ਜੰਗ ਨੂੰ ਗਏ ਆਪਣੇ ਪਿਤਾ ਦੀ ਉਡੀਕ ਕਰਦੀ ਹੈ ਜਿਹੜਾ ਵੀ ਫੌਜੀ ਉਸ ਦੇ ਕੋਲੋਂ ਗੁਜ਼ਰਦਾ ਸੀ ਉਹ ਉਸ ਹੱਥੀ ਆਪਣੇ ਪਿਤਾ ਨੂੰ ਸੁਨੇਹੇ ਦਿੰਦੀ ਸੀ ਅਸਲੀਅਤ ਵਿੱਚ ਉਹ ਆਪਣੇ ਪਿਤਾ ਦੇ ਨਾਂ ਤੋਂ ਜਾਣੂ ਨਹੀਂ ਸੀ ਇਸ ਰੋਲ ਤੋਂ ਬਾਅਦ ਹਮੇਸ਼ਾ ਉਸ ਨੂੰ ਬੱਚੀ ਦਾ ਰੋਲ ਮਿਲਦਾ ਜਿਸ ਨੂੰ ਉਹ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦੀ ਇੱਕ ਨਾਟਕ ਵਿੱਚ ਉਹ ਤਰਖਾਨ ਦੀ ਬੱਚੀ ਦਾ ਰੋਲ ਕਰਦੀ ਹੈ ਇਸ ਰੋਲ ਵਿੱਚ ਉਹ ਇੰਨੀ ਪ੍ਰਸਿੱਧ ਹੋ ਗਈ ਕਿ ਬਾਜ਼ਾਰ ਦੇ ਸਾਰੇ ਠਟਿਆਰ ਸੁਨਿਆਰ ਤੇ ਭੜਪੂੰਜੇ ਉਸ ਨੂੰ ਆਵਾਜ਼ ਲਗਾ ਕੇ ਤੋਹਫੇ ਦਿੰਦੇ ਸਨ ਪਰ ਉਹ ਕਿਸੇ ਨਾਲ ਵੀ ਜ਼ਿਆਦਾ ਨਹੀਂ ਸੀ ਬੋਲਦੀ ਇੱਕ ਵਾਰੀ ਜਦੋਂ ਉਹ ਆਪਣੇ ਪਿਤਾ ਨੂੰ ਰੋਟੀ ਦੇ ਕੇ ਵਾਪਸ ਆ ਰਹੀ ਸੀ ਤਾਂ ਅੱਗੇ ਰਾਜੇ ਦਾ ਜਲੂਸ ਆ ਗਿਆ ਰਾਜੇ ਨੇ ਜਦੋਂ 12 ਸਾਲ ਦੀ ਲੜਕੀ ਨੂੰ ਵੇਖਿਆ ਤਾਂ ਉਸ ਨੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਉਸ ਲੜਕੀ ਨੂੰ ਉਸ ਦੇ ਸਾਹਮਣੇ ਲੈ ਕੇ ਆਉਣ ਸਪਾਹੀਆਂ ਨੇ ਰਾਜੇ ਦੇ ਹੁਕਮ ਦੀ ਪਾਲਣਾ ਕੀਤੀ ਉਨ੍ਹਾਂ ਹਥਿਆਰਾਂ ਦੇ ਜ਼ੋਰ ਤੇ ਕੁੜੀ ਨੂੰ ਰਾਜੇ ਕੋਲ ਲਿਆਂਦਾ। ਕੁੜੀ ਦੀਆਂ ਆਵਾਜ਼ਾਂ ਸੁਣ ਕੇ ਉਸ ਦਾ ਪਿਤਾ ਉਸ ਨੂੰ ਛਡਾਉਣ ਲਈ ਆਇਆ। ਬੜਿਆਂ ਤਰਲਿਆਂ ਮੰਤਾਂ ਨਾਲ ਕੁੜੀ ਨੂੰ ਰਾਜੇ ਨੇ ਵਾਪਸ ਕੀਤਾ। ਕੁੜੀ ਨੂੰ ਪ੍ਰਾਪਤ ਕਰਕੇ ਉਸ ਦਾ ਪਿਤਾ ਬਹੁਤ ਰੋਇਆ। ਉਸ ਨੇ ਆਪਣੀ ਕੁੜੀ ਨੂੰ ਬਹੁਤ ਪਿਆਰ ਕੀਤਾ। ਫਿਰ ਆਪਣੀ ਹੀ ਸ਼ੁਰੀ ਨਾਲ ਉਸ ਦਾ ਕਤਲ ਕਰ ਦਿੱਤਾ। ਇਸ ਨਾਟਕ ਦੀ ਯਾਦ ਨਾਲ ਇੰਦੂ ਦੇ ਸੀਨੇ ਵਿੱਚ ਦਰਦ ਹੋਣ ਲੱਗਦਾ। ਇਸ ਤੋਂ ਬਾਅਦ ਉਸ ਨੂੰ ਕਿਸੇ ਨੇ ਵੀ ਛੋਟੀ ਬੱਚੀ ਦਾ ਰੋਲ ਕਰਨ ਲਈ ਨਹੀਂ ਦਿੱਤਾ। ਹੁਣ ਉਸ ਨੂੰ ਭੈਣ, ਨਣਦ ਜਾਂ ਕਾਲਜ ਵਿੱਚ ਪੜ੍ਹਨ ਵਾਲੀ ਕੁੜੀ ਦਾ ਰੋਲ ਮਿਲਦਾ ਸੀ। ਇਸ ਉਮਰ ਵਿੱਚ ਮਾਂ ਪਿਓ ਨੂੰ ਕੁੜੀ ਪ੍ਰਤੀ ਡਰ ਵੱਧ ਜਾਂਦਾ ਹੈ। ਉਹ ਫਟਾਫਟ ਮੰਗਣੀ ਕਰਨ ਦੀ ਸੋਚਦੇ ਹਨ। ਵਿਆਹ ਭਾਵੇਂ ਕੁਝ ਚਿਰ ਬਾਅਦ ਹੋਵੇ ਉਸ ਨੂੰ ਆਪ ਇਸ ਉਮਰ ਵਿੱਚ ਹਰ ਕੰਮ ਲਈ ਝਿਜਕ ਮਹਿਸੂਸ ਹੁੰਦੀ ਸੀ ਇਸ ਉਮਰ ਵਿੱਚ ਉਸ ਨੂੰ ਇੱਕ ਜਵਾਨ ਕੁੜੀ ਦਾ ਰੋੜ ਮਿਲਿਆ ਇਸ ਨਾਟਕ ਵਿੱਚ ਉਹ ਜਿਸ ਚੀਜ਼ ਨੂੰ ਹੱਥ ਲਗਾਉਂਦੀ ਸੀ ਉਹ ਟੁੱਟ ਜਾਂਦੀ ਹੈ ਇੱਕ ਵਾਰੀ ਉਸ ਕੋਲੋਂ ਚਾਹ ਦਾ ਪੂਰਾ ਸੈੱਟ ਤੇ ਕੀਮਤੀ ਫੁੱਲ ਦਾ ਡੰਡ ਟੁੱਟ ਜਾਂਦਾ ਹੈ ਡਰ ਦੇ ਮਾਰੇ ਉਹ ਬਾਗ ਵਿੱਚ ਚਲੀ ਜਾਂਦੀ ਹੈ ਉੱਥੇ ਜਾਂਦੇ ਹੀ ਉਹ ਮਾਈਏ ਦੇ ਟੱਪੇ ਗਾਉਣ ਲੱਗ ਪੈਂਦੀ ਹੈ ਇੱਕ ਨਾਟਕ ਵਿੱਚ ਉਸ ਨੇ ਫੁੱਲ ਵੇਚਣ ਵਾਲੀ ਕੁੜੀ ਦਾ ਰੋਲ ਕੀਤਾ ਉਹ ਫੁੱਲ ਚੁਗ ਕੇ ਪਰੋ ਕੇ ਜਦੋਂ ਵੇਚਦੀ ਹੈ ਤਾਂ ਲੋਕ ਉਸ ਤੋਂ ਫੁੱਲ ਤਾਂ ਘੱਟ ਖਰੀਦਦੇ ਨੇ ਸਵਾਲ ਜ਼ਿਆਦਾ ਪੁੱਛਦੇ ਨੇ ਉਹ ਹਰੇਕ ਸਵਾਲ ਦੇ ਜਵਾਬ ਵਿੱਚ ਮੁਸਕਰਾਉਂਦੀ ਜਾਂ ਅੱਖਾਂ ਨੀਵੀਆਂ ਪਾ ਲੈਂਦੀ ਅਤੇ ਇਸ਼ਾਰਿਆਂ ਨਾਲ ਅਣਕਹੀ ਗੱਲ ਨੂੰ ਸਮਝਾ ਦਿੰਦੀ ਜਵਾਨੀ ਦੀ ਉਮਰ ਵਿੱਚ ਉਸ ਨੇ ਕਈ ਜਵਾਨ ਕੁੜੀਆਂ ਦੇ ਰੋਲ ਕੀਤੇ ਉਹ ਕਿਸੇ ਰੋਲ ਵਿੱਚ ਮੁਹੱਬਤ ਕਰ ਰਹੀ ਹੁੰਦੀ ਕਿਸੇ ਵਿੱਚ ਮੁਹੱਬਤ ਕਰਵਾ ਰਹੀ ਹੁੰਦੀ ਕਿਤੇ ਉਹ ਬਨੇਰਿਆਂ ਉੱਪਰ ਬੈਠੀ ਆਪਣੇ ਮਾਹੀ ਦੀ ਉਡੀਕ ਕਰ ਰਹੀ ਹੁੰਦੀ ਕਿਸੇ ਰੋਲ ਵਿੱਚ ਉਹ ਫੁੱਲਾਂ ਉੱਪਰ ਤੁਰ ਰਹੀ ਹੁੰਦੀ ਤੇ ਕਿਤੇ ਉਹ ਘੁੰਗਰੂ ਬਣ ਕੇ ਨੱਚ ਰਹੀ ਹੁੰਦੀ ਕੋਈ ਉਸ ਲਈ ਅਸਮਾਨ ਤੋਂ ਤਾਰੇ ਤੋੜਨ ਲਈ ਤਿਆਰ ਹੁੰਦਾ ਕੋਈ ਉਸ ਦੀ ਸੁੰਦਰਤਾ ਦੀ ਤਾਰੀਫ਼ ਕਰ ਰਿਹਾ ਹੁੰਦਾ ਇਸ ਤਰ੍ਹਾਂ ਕਈ ਨਾਟਕਾਂ ਵਿੱਚ ਉਸਨੇ ਹੀਰ, ਸੋਹਣੀ, ਸ਼ੀਰੀ ਤੇ ਲੈਲਾ ਦੇ ਰੋਲ ਬਹੁਤ ਵਧੀਆ ਤਰੀਕੇ ਨਾਲ ਨਿਭਾਏ। ਇਹਨਾਂ ਨੂੰ ਹੁਣ ਗ੍ਰਸਥ ਜੀਵਨ ਵਿੱਚ ਮਾਂ ਦਾ ਰੋਲ ਕਰਨਾ ਪੈ ਰਿਹਾ ਹੈ। ਉਹ ਮਾਂ ਜੋ ਬੱਚਿਆਂ ਦੇ ਪਿਤਾ ਦੀ ਉਡੀਕ ਕਰ ਰਹੀ ਹੈ, ਉਹ ਸੋਚ ਰਹੀ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਅਜੇ ਹਾ ਕੋਈ ਵਿਅਕਤੀ ਨਹੀਂ ਆਇਆ ਜਿਸ ਨੇ ਉਸ ਦੇ ਹਾਸੇ ਦਾ ਮੁੱਲ ਤਾਰਿਆ ਹੋਵੇ। ਉਸ ਦੀ ਜ਼ਿੰਦਗੀ ਵਿੱਚ ਅਜੇ ਤੱਕ ਕੋਈ ਨਹੀਂ ਆਇਆ ਜਿਸ ਨੇ ਉਸ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਸੱਤ ਸਮੁੰਦਰ ਪਾਰ ਕਰਨ ਦਾ ਵਾਅਦਾ ਕੀਤਾ ਹੋਵੇ ਉਸ ਨੂੰ ਜ਼ਿੰਦਗੀ ਵਿੱਚ ਕਿਸੇ ਵਫਾਦਾਰ ਆਦਮੀ ਦਾ ਸਹਾਰਾ ਨਹੀਂ ਮਿਲਿਆ ਇਹ ਸਭ ਸੋਚਣ ਤੋਂ ਬਾਅਦ ਉਹ ਰੋਣ ਲੱਗ ਪਈ ਇਨਾਂ ਸਾਰੀਆਂ ਘਟਨਾਵਾਂ ਬਾਰੇ ਸੋਚਦੇ ਹੋਏ ਉਹ ਆਪਣੇ ਘਰ ਪਹੁੰਚਦੀ ਹੈ ਉਸ ਦੀ ਮਾਂ ਖਿੜਕੀ ਵਿੱਚ ਖੜੀ ਕਿਸ ਦੀ ਉਡੀਕ ਕਰ ਰਹੀ ਸੀ இந்து ਨੂੰ ਉਸ ਦੀ ਮਾਂ ਦੀ ਸ਼ਕਲ ਉਸ ਵਰਗੀ ਲੱਗ ਰਹੀ ਸੀ ਕਿਉਂਕਿ ਬਿਲਕੁਲ ਆਪਣੀ ਮਾਂ ਵਰਗਾ ਰੋਲ ਉਹ ਨਾਟਕ ਵਿੱਚ ਕਰਕੇ ਆਈ ਸੀ ਉਸ ਦੀ ਮਾਂ ਦੇ ਮੂੰਹ ਤੇ ਛਾਈ ਉਦਾਸੀ ਉਸ ਨੂੰ ਨਾਟਕ ਵਿੱਚ ਆਪਣੇ ਚਿਹਰੇ ਤੇ ਛਾਈ ਉਦਾਸੀ ਵਰਗੀ ਲੱਗ ਰਹੀ ਸੀ ਉਹ ਆਪਣੀ ਮਾਂ ਕੋਲ ਪਹੁੰਚਦੀ ਹੈ ਤੇ ਉਸ ਕੋਲੋਂ ਪੁੱਛਦੀ ਹੈ ਕਿ ਉਹ ਕਿਸ ਦੀ ਉਡੀਕ ਕਰ ਰਹੀ ਹੈ ਸਮਾਨੀ ਦੱਸਿਆ ਕਿ ਉਹ ਉਸਦੇ ਪਿਤਾ ਦੀ ਉਡੀਕ ਕਰ ਰਹੀ ਹੈ ਜਿਹੜਾ ਕੱਲ ਰਾਤ ਨੂੰ ਘਰ ਨਹੀਂ ਆਇਆ ਅਤੇ ਉਸ ਨੂੰ ਬੱਚਿਆਂ ਨਾਲ ਝੂਠ ਬੋਲਣਾ ਪਿਆ ਕਿ ਉਹਨਾਂ ਦੇ ਪਿਤਾ ਰਾਤ ਨੂੰ ਦੇਰ ਨਾਲ ਘਰੇ ਆਏ ਸਨ ਤੇ ਸਵੇਰੇ ਵੀ ਜ਼ਰੂਰੀ ਕੰਮ ਲਈ ਜਾਣਾ ਪਿਆ ਇਸ ਤਰ੍ਹਾਂ ਝੂਠ ਬੋਲ ਕੇ ਉਸ ਨੂੰ ਬੱਚਿਆਂ ਦੇ ਪਿਤਾ ਦੀਆਂ ਹਰਕਤਾਂ ਤੇ ਪਰਦਾ ਪਾਉਣਾ ਪਿਆ ਹੁਣ ਉਹ ਝੂਠ ਬੋਲ-ਬੋਲ ਕੇ ਥੱਕ ਗਈ ਹੈ ਇਸ ਤਰ੍ਹਾਂ ਦੁਖੀ ਮਾਂ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗਣ ਲੱਗ ਪਏ। ਮਾਂ ਨੂੰ ਰੋਂਦੇ ਦੇਖ இந்து ਦੀਆਂ ਅੱਖਾਂ ਵੀ ਭਰ ਆਈਆਂ। ਇਹ ਸਭ ਸੁਣ ਕੇ இந்து ਆਪਣੀ ਮਾਂ ਤੋਂ ਪੁੱਛਣਾ ਚਾਹੁੰਦੀ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਅਜਿਹਾ ਕੋਈ ਵਿਅਕਤੀ ਨਹੀਂ ਆਇਆ ਜਿਸ ਨੇ ਉਸ ਦੇ ਦਿਲ ਦੀਆਂ ਤਰੰਗਾਂ ਨੂੰ ਸਮਝਿਆ ਹੋਵੇ। ਦੁੱਖ ਸੁੱਖ ਵਿੱਚ ਇਕੱਠੇ ਰਹਿਣ ਦੇ ਵਾਅਦੇ ਕੀਤੇ ਹੋਣ। ਉਹ ਸੋਚਦੀ ਹੈ ਕਿ ਉਹ ਮਾਂ ਨੂੰ ਪੁੱਛੇ ਕਿ ਉਹ ਵੀ ਉਸ ਦੇ ਆਪਣੇ ਤਰ੍ਹਾਂ ਰੰਗਮੰਚ ਉੱਪਰ ਨਾਟਕ ਖੇਡਦੀ ਰਹੀ ਹੋਵੇਗੀ ਤੇ ਅਸਲੀਅਤ ਵਿੱਚ ਕੋਈ ਵੀ ਉਸ ਦਾ ਦਰਦੀ ਨਾ ਮਿਲਿਆ ਕਿ ਉਹ ਵੀ ਨਾਟਕ ਖੇਡਦੀ ਖੇਡਦੀ ਮਾਂ ਬਣ ਗਈ ਇਸ ਤਰ੍ਹਾਂ ਸਾਡੇ ਸਮਾਜ ਵਿੱਚ ਮਰਦ ਦੀ ਗੈਰ ਜ਼ਿੰਮੇਵਾਰੀ ਬੇਵਫਾਈ ਤੇ ਭੈੜੇ ਵਿਵਹਾਰ ਨੂੰ ਅਣਦੇਖਿਆ ਕਰਕੇ ਇਸਤਰੀਆਂ ਨੂੰ ਭੈੜਾ ਜਿਹਾ ਕਿਹਾ ਜਾਂਦਾ ਹੈ ਉਸ ਨੂੰ ਬਿਘਾੜਨ ਜਾਂ ਪੈਰ ਦੀ ਜੁੱਤੀ ਵੀ ਕਿਹਾ ਜਾਂਦਾ ਹੈ ਗੱਲ ਗੱਲ ਵਿੱਚ ਉਸ ਦਾ ਨਰਾਦਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਬੜੇ ਸੁੰਦਰ ਢੰਗ ਨਾਲ ਇਸਤਰੀ ਦੇ ਦੁੱਖ ਭਰੇ ਜੀਵਨ ਨੂੰ ਦਿਖਾਇਆ ਹੈ ਹੋਰ ਆਡੀਓ ਸੁਣਨ ਅਤੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ